ਹੈਲੋ ਸਟੂਡੈਂਟਸ, ਆਈ ਐਮ ਜੀਡੀਐਸ ਸੋਨੀ, ਡਾਇਰੈਕਟਰ ਆਫ ਇੰਜੀਨੀਅਰਸ ਕੇਰੀਅਰ ਗਰੁੱਪ। ਮੈਂ ਅੱਜ ਦੀ ਵੀਡੀਓ ਬਣਾ ਰਿਹਾ ਹੈਗਾ PSSB JEE ਦੇ ਐਸਪੀਰੈਂਟਸ ਲਈ, ਜਿਨ੍ਹਾਂ ਨੇ 20 ਜਨਵਰੀ ਜਾਂ 21 ਜਨਵਰੀ ਨੂੰ ਐਗਜ਼ਾਮ ਅਪੀਅਰ ਕੀਤਾ ਹੈ। ਸਰ, ਬਹੁਤ ਸਾਰੇ ਬੱਚਿਆਂ ਨੇ ਮੈਨੂੰ ਮੈਸੇਜ ਆ ਰਹੇ ਸੀ ਕਿ ਸਰ ਇਹਨਾਂ ਐਗਜ਼ਾਮ ਦੀ ਕੱਟ ਆਫ ਕਿਆ ਰਹਿਣ ਵਾਲੀ ਹੈਗੀ ਹੈ, ਕਿ ਮੇਰਾ ਸਿਲੈਕਸ਼ਨ ਹੋਏਗਾ ਕਿ ਨਹੀਂ ਹੋਏਗਾ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਿਓ। ਸੋ ਮੈਂ ਉਸੇ ਗੱਲ ਨੂੰ ਧਿਆਨ ਰੱਖਦੇ ਹੋਏ ਵੀਡੀਓ ਬਣਾ ਰਿਹਾ ਹੈਗਾ। ਅਗਰ ਤੁਸੀਂ ਵੀ 20 ਜਨਵਰੀ ਔਰ 21 ਜਨਵਰੀ ਪੇਪਰ ਅਟੈਂਪਟ ਕੀਤਾ ਹੈਗਾ, ਔਰ ਤੁਸੀਂ ਵੀ ਚਾਹ ਰਹੇ ਹੋ ਕਿ ਕਿੰਨੇ ਇਹਦੇ ਕੱਟ ਆਫ ਮਾਰਕਸ ਰਹਿਣ ਵਾਲੇ ਹੈਗੇ ਆ, ਸੋ ਦੈਟ ਤੁਹਾਨੂੰ ਇੱਕ ਅੰਦਾਜ਼ਾ ਲੱਗ ਸਕੇ ਕਿ ਤੁਹਾਡਾ ਸਿਲੈਕਸ਼ਨ ਹੋਏਗਾ ਕਿ ਨਹੀਂ ਹੋਏਗਾ। ਤਾਂ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ, ਔਰ ਨਾਲ ਦੇ ਨਾਲ ਇਸ ਵੀਡੀਓ ਨੂੰ ਜ਼ਿਆਦਾ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ, ਜਿਹੜੇ PSSB JEE ਦਾ ਐਗਜ਼ਾਮ ਦੇ ਕੇ ਆਏ ਹੈਗੇ ਨੇ। ਸੋ ਜ਼ਰਾ ਦੇਰ ਨਾ ਕਰਦੇ ਹੋਏ ਅੱਗੇ ਵੱਧਦੇ ਹੈਗੇ ਆ, ਔਰ ਜਾਣਕਾਰੀ ਲੈਣੇ ਹੈਗੇ ਆ 20 ਜਨਵਰੀ ਔਰ 21 ਜਨਵਰੀ ਦੇ ਐਗਜ਼ਾਮ ਬਾਰੇ। ਸਾਨੂੰ ਪਹਿਲਾਂ 20 ਜਨਵਰੀ ਦੇ ਐਗਜ਼ਾਮ ਦੀ ਗੱਲ ਕਰਾਂ, ਤਾਂ 20 ਜਨਵਰੀ ਦਾ ਐਗਜ਼ਾਮ ਥੋੜ੍ਹਾ ਜਿਹਾ ਡਿਫਿਕਲਟ ਸੀਗਾ, ਬਹੁਤ ਜ਼ਿਆਦਾ ਡਿਫਿਕਲਟ ਨੂੰ ਆਪਾਂ ਨਹੀਂ ਕਹਿ ਸਕਦੇ ਹੈਗੇ, ਬਿਕੋਜ਼ ਬਹੁਤ ਸਾਰੇ ਬੱਚੇ ਗੱਲ ਕਹਿ ਰਹੇ ਸੀ ਕਿ ਐਗਜ਼ਾਮ ਬਹੁਤ ਡਿਫਿਕਲਟ ਹੈ, ਬਹੁਤ ਡਿਫਿਕਲਟ ਹੈ। ਐਗਜ਼ਾਮ ਮੋਡਰੇਟ ਟੂ ਡਿਫਿਕਲਟ ਸੀਗਾ, ਮਤਲਬ ਡਿਫਿਕਲਟ ਕੁਸ਼ਚਨ ਘੱਟ ਸੀਗੇ, ਬਾਕੀ ਮੋਡਰੇਟ ਲੈਵਲ ਦੇ ਕੁਸ਼ਚਨ ਸੀਗੇ। ਉਹ ਜਿਹੜਾ ਪੇਪਰ 21 ਜਨਵਰੀ ਤੋਂ ਹੋਇਆ ਹੈਗਾ, ਉਹ ਪੇਪਰ ਕਾਫੀ ਈਜ਼ੀ ਸੀਗਾ। ਤੋ ਮੇਨ ਗੱਲ ਇਹ ਹੈਗੀ ਹੈ, ਤੇ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਹੈਗਾ, ਪੇਪਰ ਡਿਫਿਕਲਟ ਹੋਵੇ ਚਾਹੇ ਈਜ਼ੀ ਹੋਵੇ, ਅਗਰ ਪੇਪਰ ਡਿਫਿਕਲਟ ਹੈਗਾ ਤਾਂ ਉਹਦੇ ਅਕੋਰਡਿੰਗ ਉਹ ਸਾਰੇ ਲਈ ਡਿਫਿਕਲਟ ਹੈ, ਅਗਰ ਉਹ ਪੇਪਰ ਈਜ਼ੀ ਹੈਗਾ ਤਾਂ ਸਾਰੇ ਲਈ ਈਜ਼ੀ ਹੈਗਾ। ਸੋ ਜਿਹੜੀ ਟੈਸਟ ਸੀਰੀਜ਼, ਗ੍ਰੈਂਡ ਟੈਸਟ ਸੀਰੀਜ਼ ਇੰਜੀਨੀਅਰਸ ਕੈਰੀ ਗਰੁੱਪ ਵੱਲੋਂ ਕਰਵਾਈ ਗਈ ਸੀ, ਉਹਦੇ 'ਚ ਕਾਫੀ ਕੁਸ਼ਚਨ ਜਿਹੜੇ ਹੈਗੇ ਦੋਨਾਂ ਪੇਪਰ ਵਿੱਚ ਆਏ ਹੈਗੇ ਆ। ਉਹਦੇ ਵਿੱਚ ਸਾਡੀ ਵੀ ਕੋਸ਼ਿਸ਼ ਸੀਗੀ ਹਰ ਤਰ੍ਹਾਂ ਦੇ ਕੁਸ਼ਚਨ ਔਰ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਉਹ ਕਵਰ ਕਰ ਦਿੱਤੀ ਜਾਵੇ, ਸੋ ਜਿਹੜਾ ਫਾਈਨਲ ਐਗਜ਼ਾਮ ਤੋਂ ਪਹਿਲਾਂ ਤੁਹਾਡੀ ਐਜ਼ ਅ ਇੱਕ ਜਿਹੜੀ ਤਿਆਰੀ ਹੈ ਉਹ ਹੋ ਜਾਵੇ, ਔਰ ਤੁਹਾਨੂੰ ਇੱਕ ਡਾਇਰੈਕਸ਼ਨ ਮਿਲ ਜਾਏ ਕਿ ਫਾਈਨਲ ਐਗਜ਼ਾਮ ਦੀ ਤਿਆਰੀ ਕਿੱਦਾਂ ਕਰਕੇ ਜਾਣੀ ਹੈਗੀ ਹੈ। ਸੋ ਬਹੁਤ ਸਾਰੇ ਬੱਚਿਆਂ ਨੇ ਮੈਨੂੰ ਕਿਹਾ ਹੈਗਾ ਕਿ ਸਰ ਬਹੁਤ ਸਾਰੇ ਡਿਟੋ ਕੁਸ਼ਚਨ ਵੀ ਉਹ 'ਚ ਆਏ ਹੈਗੇ ਨੇ, ਤੋ ਬਹੁਤ ਵਧੀਆ ਗੱਲ ਹੈਗੀ ਹੈ ਕਿ ਅਗਰ ਤੁਹਾਨੂੰ ਟੈਸਟ ਸੀਰੀਜ਼ ਜਿਹੜੀ ਹੈ ਕਰਕੇ ਬਹੁਤ ਬੈਨੀਫਿਟ ਮਿਲਿਆ, ਔਰ ਇਹਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਫਾਈਨਲ ਐਗਜ਼ਾਮ ਸੀਗਾ ਉਸ ਤੋਂ ਬਾਅਦ ਜਿਹੜਾ ਪ੍ਰੈਸ਼ਰ ਹੁੰਦਾ ਹੈ ਉਸ ਟੈਸਟ ਸੀਰੀਜ਼ ਤੁਸੀਂ ਅਬਜ਼ਰਵ ਕਰ ਲਿਆ ਸੀਗਾ ਔਰ ਪੇਪਰ 'ਚ ਵਧੀਆ ਪਰਫਾਰਮ ਕੀਤਾ ਹੈਗਾ। ਜਿਹੜੇ ਬੱਚੇ ਐਗਜ਼ਾਮ ਦੇ ਕੇ ਆਏ ਨੇ, ਜਿਨ੍ਹਾਂ ਨਾਲ ਮੇਰੀ ਹੁਣ ਤੱਕ ਗੱਲ ਹੋਈ ਹੈਗੀ ਹੈ, 20 ਤਰੀਕ ਵਿੱਚ ਜਿਹੜੇ ਮੈਕਸੀਮਮ ਬੱਚੇ ਮੇਰੇ ਨਾਲ ਜਿਨ੍ਹਾਂ ਦੀ ਗੱਲ ਹੋਈ ਹੈ, ਉਹਦੇ ਵਿੱਚ ਕੁਝ ਬੱਚੇ ਹੈਗੇ ਨੇ ਜਿਨ੍ਹਾਂ ਦੇ 90-100 ਵਿੱਚ ਕੁਸ਼ਚਨ ਅਟੈਂਪਟ ਕਰਕੇ ਆਏ ਨੇ, ਔਰ 21 ਤਰੀਕ ਵਿੱਚ ਬਹੁਤ ਸਾਰੇ ਬੱਚੇ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਕੁਸ਼ਚਨ ਅਟੈਂਪਟਡ ਹੈਗੇ ਨੇ ਉਹ 105 ਤੋਂ ਲੈ ਕੇ 115 ਨੇ। ਸੋ ਹੁਣ ਜਿਹੜਾ ਬੜਾ ਇੰਪੋਰਟੈਂਟ ਗੱਲ ਹੈਗੀ ਉਹ ਇਹ ਹੈਗੀ ਹੈ ਕਿ ਹੁਣ ਕੱਟ ਆਫ ਇਹਦੀ ਕਿਆ ਰਹਿਣ ਵਾਲੀ ਹੈਗੀ ਹੈ। ਦੇਖੋ, ਕੱਟ ਆਫ ਦਾ ਜਿਹੜਾ ਅੰਦਾਜ਼ਾ ਹੈ, ਜਿਹੜਾ ਐਨਲਿਸਿਸ, ਉਹ ਤਾਂ ਹੀ ਲੱਗ ਸਕਦਾ ਸੀਗਾ ਅਗਰ ਕੁਸ਼ਚਨ ਪੇਪਰ ਮੇਰੇ ਹੱਥ ਵਿੱਚ ਹੁੰਦਾ, ਤਾਂ ਮੈਂ ਆਪਣੇ ਫੈਕਲਟੀਜ਼ ਨੂੰ ਕਹਿ ਕੇ ਇਲੈਕਟ੍ਰੀਕਲ ਔਰ ਸਿਵਲ ਦੋਨਾਂ ਦਾ ਪੇਪਰ ਐਨਲਿਸਿਸ ਕਰਾਉਂਦਾ ਔਰ ਉਹਦੇ ਬੇਸਿਸ ਅੰਦਾਜ਼ਨਾ ਕਿ ਇਹਦੀ ਇੰਨੀ ਕੱਟ ਆਫ ਜਾਏਗੀ। ਸੋ ਇਹਦੇ ਲਈ ਮੈਂ ਹੁਣ ਇੱਕ ਜਿਹੜਾ ਹੈਗਾ ਸੋਲੂਸ਼ਨ ਕੱਢਿਆ ਹੈਗਾ ਆਪਣੀ ਟੀਮ ਨਾਲ ਡਿਸਕਸ ਕਰਕੇ, ਕਿ ਆਪਾਂ ਤੁਹਾਡੇ ਲਈ ਇੱਕ ਗੂਗਲ ਫਾਰਮ ਓਪਨ ਕੀਤਾ ਹੈਗਾ, ਜਿਹਦੇ ਵਿੱਚ ਤੁਸੀਂ ਆਪਣੇ ਜਿਹੜੇ ਮਾਰਕਸ ਹੈਗੇ ਉਹ, ਜਿੰਨੇ ਕੁਸ਼ਚਨ ਤੁਸੀਂ ਅਟੈਂਪਟ ਕਰਕੇ ਆਏ ਹੋ ਔਰ ਜਿੰਨੇ ਕੁਸ਼ਚਨ ਤੁਹਾਨੂੰ ਲੱਗਦੇ ਮੇਰੇ ਸਹੀ ਹੈਗੇ ਨੇ ਉਹ ਤੁਸੀਂ ਫਿਲ ਕਰੋ, ਉਹਦੇ ਬੇਸਿਸ ਤੇ ਜਿਹੜੇ ਮਾਸ ਸਟੂਡੈਂਟਸ ਜਿਹੜੇ ਹੈਗੇ ਨੇ, ਜਿਹਦੇ ਨੰਬਰ ਆਫ ਸਟੂਡੈਂਟਸ ਉਸ ਫਾਰਮ ਨੂੰ ਭਰਨਗੇ, ਉਹਦੇ ਬੇਸਿਸ ਤੇ ਤੁਹਾਨੂੰ ਮੈਂ ਇੱਕ ਕੱਟ ਆਫ ਜਿਹੜੀ ਹੈਗੀ ਕੱਲ੍ਹ ਡਿਸਾਈਡ ਕਰਾਂਗੇ, ਉਹਦੇ ਬੇਸ ਤੁਹਾਨੂੰ ਕੱਟ ਆਫ ਦੱਸਾਂਗੇ ਤੁਹਾਡੀ ਕੱਟ ਆਫ ਕਿੰਨੀ ਜਾਣ ਵਾਲੀ ਹੈਗੀ ਹੈ, ਕਿ 20 ਤਰੀਕ ਦਾ ਪੇਪਰ ਜਿਹੜਾ ਹੈਗਾ ਕਿੰਨਾ ਸਕੋਰ ਸੇਫ ਸਾਈਡ ਹੋਏਗਾ ਕਿਸ ਕੈਟਾਗਰੀ ਲਈ, ਔਰ 21 ਤਰੀਕ ਦਾ ਐਗਜ਼ਾਮ ਜਿਹੜਾ ਹੈਗਾ ਉਹ ਕਿਹੜੀ ਕੈਟਾਗਰੀ ਲਈ ਕਿੰਨਾ ਸਕੋਰ ਜਿਹੜਾ ਸੇਫ ਰਹਿਣ ਵਾਲਾ ਹੈਗਾ। ਸੋ ਇਸ ਗੂਗਲ ਫਾਰਮ ਦਾ ਜਿਹੜਾ ਲਿੰਕ ਹੈਗਾ ਉਹ ਤੁਹਾਡੇ ਮੈਂ ਡਿਸਕ੍ਰਿਪਸ਼ਨ 'ਚ ਪਾਤਾ ਹੈਗਾ, ਉਹਨੂੰ ਕਲਿੱਕ ਕਰਕੇ ਉਹਨੂੰ ਪੂਰਾ ਡਿਟੇਲ ਜਿਹੜੀ ਹੈ ਭਰ ਦਿਓ, ਨਾਲ ਦੇ ਨਾਲ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰੋ ਜਿਹੜੇ ਐਗਜ਼ਾਮ ਦੇ ਕੇ ਆਏ ਨੇ, ਕਿ ਸੋ ਦੈਟ ਇੱਕ ਜਿੰਨਾ ਦੇਖੋ ਜ਼ਿਆਦਾ ਬੱਚੇ ਫਾਰਮ ਭਰਨਗੇ ਉਹਨਾਂ ਐਗਜ਼ੈਕਟ ਆਈਡੀ ਆਪਣੇ ਲੱਗ ਪਾਏਗਾ ਕਿ ਇਹਦੀ ਕੱਟ ਆਫ ਕਿਆ ਰਹਿਣ ਵਾਲੀ ਹੈਗੀ। ਜਿਹੜੀ ਲਾਸਟ ਚੀਜ਼ ਮੇਰੀ ਸਾਰਿਆਂ ਜਿਹੜਾ ਇੰਪੋਰਟੈਂਟ ਗੱਲ ਹੈਗੀ ਉਹ ਇਹ ਹੈਗੀ ਕਿ ਜਿਹੜੇ ਬੱਚੇ ਹੁਣ ਪੇਪਰ ਅਟੈਂਪਟ ਕਰਕੇ ਆਏ ਨੇ ਔਰ ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਅਗਰ ਮੈਂ ਪੜ੍ਹ ਕੇ ਜਾਂਦਾ ਔਰ ਮੈਂ ਤਿਆਰੀ ਕਰਕੇ ਜਾਂਦਾ ਤਾਂ ਮੇਰਾ ਸਿਲੈਕਸ਼ਨ ਹੋ ਸਕਦਾ ਸੀਗਾ, ਸੋ ਤੁਹਾਨੂੰ ਮੈਂ ਕਹਿ ਦਾਂ ਕਿ ਦੇਖੋ ਕੋਈ ਵੀ ਐਗਜ਼ਾਮ ਜਿਹੜਾ ਹੁੰਦਾ ਉਹ ਬਿਨਾਂ ਪੜ੍ਹੇ ਸਿਲੈਕਸ਼ਨ ਕਿਸੇ ਦਾ ਨਹੀਂ ਹੁੰਦਾ। ਸੋ ਅਗਰ ਤੁਸੀਂ ਇਹ ਚਾਹੁੰਦੇ ਹੋ, ਜਿਹੜੇ ਅਪਕਮਿੰਗ ਐਗਜ਼ਾਮ ਨੇ, ਚਾਹੇ SSC JEE ਦਾ ਐਗਜ਼ਾਮ ਹੈ, RRB JEE ਦੀ ਵੈਕੈਂਸੀਜ਼ ਬਹੁਤ ਜਲਦ ਆਉਣ ਵਾਲੀਆਂ ਨੇ, ਕੁਝ ਪੰਜਾਬ ਵਿੱਚ ਵੀ ਵੈਕੈਂਸੀਜ਼ ਆਣਗੀਆਂ। ਸੋ ਅਗਰ ਹੁਣ ਅਪਕਮਿੰਗ ਵੈਕੈਂਸੀ ਤੁਸੀਂ ਜਿਹੜਾ ਹੈ ਸਿਲੈਕਟ ਹੋਣਾ ਚਾਹੁੰਦੇ ਹੋ, ਤੁਸੀਂ ਤਿਆਰੀ ਹੈ ਤਾਂ ਸਹੀ ਟਾਈਮ ਨਾਲ ਨਹੀਂ ਕਰੀ ਹੈ, ਤਾਂ ਤੁਸੀਂ ਇੰਜੀਨੀਅਰਸ ਕੈਰੀਅਰ ਗਰੁੱਪ ਨਾਲ ਜੁੜ ਜਾਓ, ਆਨਲਾਈਨ ਆਫਲਾਈਨ ਦੋਨੋਂ ਤਰ੍ਹਾਂ ਜਿਹੜੇ ਕੋਰਸਿਸ ਨੇ ਉਹ ਅਵੇਲੇਬਲ ਨੇ। ਤੁਸੀਂ ਚੰਡੀਗੜ੍ਹ ਸੈਕਟਰ 34 ਵਿੱਚ
ਜੁਆਇਨ ਕਰ ਸਕਦੇ ਹੈਗੇ ਹੋ, ਜਾਂ ਕਰਨਾਲ ਸੈਕਟਰ 13 ਬ੍ਰਾਂਚ ਹੈਗੀ ਹੈ ਉੱਥੇ ਵੀ ਤੁਸੀਂ ਜੁਆਇਨ ਕਰ ਸਕਦੇ ਹੈਗੇ, ਔਰ ਆਨਲਾਈਨ ਲਾਈਵ ਜਿਹੜੇ ਕੋਰਸਿਸ ਨੇ ਉਹ ਵੀ ਚੱਲ ਰਹੇ ਹੈਗੇ ਨੇ। ਸੋ ਮੈਂ ਬਾਰ ਬਾਰ ਬੱਚਿਆਂ ਨੂੰ ਗੱਲ ਸਮਝਾਉਣਾ ਕਿ ਆਪਣੇ ਟਾਈਮ ਦੀ ਵੈਲਿਊ ਕਰੋ। ਬਹੁਤ ਸਾਰੇ ਬੱਚੇ ਸੋਚਦੇ ਨੇ ਸਾਡੇ ਕੋਲ ਬਹੁਤ ਖੁੱਲ੍ਹਾ ਟਾਈਮ ਹੈਗਾ, ਦੇਖੋ ਜਿੰਨਾ ਚਿਰ ਤੁਸੀਂ ਡਿਲੇ ਕਰਦੇ ਜਾਓਗੇ, ਬਹੁਤ ਸਾਰੇ ਬੱਚੇ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਨੇ 2022 ਪੇਪਰ ਦਿੱਤਾ, ਉਦੋਂ ਵੀ ਉਹ ਟਰਾਈਨ ਟੈਸਟਿੰਗ ਕਰ ਰਹੇ ਸੀਗੇ, ਹੁਣ 23-24 ਦਾ ਪੇਪਰ ਦਿੱਤਾ ਉਦੋਂ ਵੀ ਟਰਾਈਨ ਟੈਸਟਿੰਗ ਕਰ ਰਹੇ ਸੀਗੇ। ਤੁਸੀਂ ਇਹ ਗੱਲ ਸੋਚੋ ਕਿ ਅਗਰ ਤੁਸੀਂ ਇੱਕ ਵਾਰ ਸਹੀ ਢੰਗ ਨਾਲ ਪ੍ਰੋਪਰ ਤਿਆਰੀ ਕਰਕੇ ਅਗਰ ਐਗਜ਼ਾਮ ਦੋਗੇ ਤੁਹਾਡਾ ਸਿਲੈਕਸ਼ਨ ਹੋ ਜਾਏਗਾ, ਜਿਹੜਾ ਟਾਈਮ ਤੁਸੀਂ ਟਰਾਈਲ ਐਂਡ ਟੈਸਟਿੰਗ 'ਚ ਲਗਾ ਰਹੇ ਹੋ ਉਹ ਟਾਈਮ ਤੁਸੀਂ ਕੁਰਸੀ ਤੇ ਬੈਠ ਕੇ ਆਪਣਾ ਸਪੈਂਡ ਕਰ ਸਕਦੇ ਹੈਗੇ ਹੋ, ਤੁਹਾਡੇ ਐਕਸਪੀਰੀਅੰਸ 'ਚ ਐਡ ਹੋਏਗਾ, ਕੱਲ ਨੂੰ ਜਦੋਂ ਪ੍ਰਮੋਸ਼ਨ ਹੋਏਗੀ ਉਹ ਟਾਈਮ ਵੀ ਤੁਹਾਡੇ ਕੰਮ ਆਏਗਾ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਪ੍ਰੋਪਰ ਤਿਆਰੀ ਕਰਕੇ ਪੇਪਰ 'ਚ ਜਾਣਾ ਇੱਕ ਬਹੁਤ ਇੰਪੋਰਟੈਂਟ ਹੈ। ਗ੍ਰੈਂਡ ਟੈਸਟ ਸੀਰੀਜ਼ ਵਿੱਚ ਵੀ ਬਹੁਤ ਸਾਰੇ ਬੱਚਿਆਂ ਨੂੰ ਗਾਈਡ ਕੀਤਾ ਸੀਗਾ, ਹਾਲਾਂਕਿ ਕੁਛ 100+ ਸਟੂਡੈਂਟਸ ਨੇ ਗ੍ਰੈਂਡ ਟੈਸਟ ਸੀਰੀਜ਼ ਜਿਹੜੀ ਹੈਗੀ ਉਹ ਜੁਆਇਨ ਕਰੀ ਸੀਗੀ, ਪਰ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਸਿਰਫ ਇਸੇ ਕਰਕੇ ਗ੍ਰੈਂਡ ਟੈਸਟ ਜੁਆਇਨ ਹੀ ਕਰ ਰਹੇ ਸੀਗੇ ਕਿ ਵੀ ਇਹਦੀ ਅਲੱਗ ਤੋਂ ਫੀਸ ਕਿਉਂ ਚਾਰਜ ਕਰ ਰਹੇ ਹੈਗੇ ਆ, ਇਹ ਟੈਸਟ ਕਿਉਂ ਜਿਹੜੇ ਹੈਗੇ ਉਹ ਮੈਂ ਅਲੱਗ ਤੋਂ ਬਾਏ ਕਰਾਂ। ਸੋ ਆਪਣੀ ਛੋਟੀ ਛੋਟੀ ਗੱਲ ਦੀ ਫੀਸ ਤੋਂ ਲੈ ਕੇ ਆਪਣੀ ਈਗੋਸ ਨਾ ਫਸਾਇਆ ਕਰੋ, ਜਿਹੜੀ ਗੱਲਾਂ ਹੁੰਦੀਆਂ ਨੇ ਹਰ ਚੀਜ਼ ਜਿਹੜੀ ਹੈਗੀ ਉਹਦੇ ਪਿੱਛੇ ਕੋਸਟ ਹੁੰਦੀ ਹੈ, ਔਰ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਚਾਹੇ ਉਹ ਕੋਰਸ ਫੀਸ ਹੋਵੇ, ਚਾਹੇ ਉਹ ਟੈਸਟ ਸੀਰੀਜ਼ ਦੀ ਫੀਸ ਹੋਵੇ, ਚਾਹੇ ਉਹ ਸਟੱਡੀ ਮਟੀਰੀਅਲ ਫੀਸ ਹੋਵੇ, ਉਹ ਜਿੰਨੀ ਨੋਮੀਨਲ ਟੂ ਨੋਮੀਨਲ ਹੋ ਸਕਦੀ ਤੁਹਾਡੇ ਲਈ ਡਿਸਾਈਡ ਕਰਦੇ ਹਾਂ, ਸੋ ਦੈਟ ਹਰ ਬੱਚਾ ਅਫੋਰਡ ਕਰ ਸਕੇ। ਸੋ ਇਸ ਸੋਚ ਚੋਂ ਬਾਹਰ ਨਿਕਲੋ ਕਿ ਬਈ ਆਪਾਂ ਜਿਹੜਾ ਹੈਗਾ ਸਿਰਫ ਟਰਾਈ ਐਂਡ ਟੈਸਟਿੰਗ ਕਰਕੇ ਦੇਖਾਂਗੇ, ਪੇਪਰ ਨਿਕਲਣਾ ਹੋਵੇ ਤਾਂ ਆਪਣੇ ਆਪ ਨਿਕਲ ਜਾਏਗਾ, ਪੇਪਰ ਦੇਖੋ ਕੱਢਣ ਲਈ ਤੁਹਾਨੂੰ ਪ੍ਰੋਪਰ ਤਿਆਰੀ ਕਰਨੀ ਪਏਗੀ। ਸੋ ਅਗਰ ਤੁਸੀਂ ਪ੍ਰੋਪਰ ਤਿਆਰੀ ਕਰਕੇ ਜਾਓਗੇ ਤੁਹਾਡਾ ਪੇਪਰ 101% ਨਿਕਲੇਗਾ, ਇਹ ਮੇਰੀ ਗੱਲ ਧਿਆਨ ਰੱਖਣਾ। ਮੈਨੂੰ ਬਹੁਤ ਖੁਸ਼ੀ ਹੈ ਜਿਹੜੇ ਬੱਚੇ ECG ਨਾਲ ਜੁੜੇ ਹੋਏ ਨੇ, ਉਹ ਚਾਹੇ ਆਨਲਾਈਨ ਕੋਰਸਿਸ ਵਿੱਚ ਨੇ, ਕਲਾਸਰੂਮ ਕੋਰਸ ਵਿੱਚ ਨੇ, ਚਾਹੇ ਟੈਸਟ ਸੀਰੀਜ਼ ਥਰੂ ਬੱਚੇ ਜੁੜੇ ਸੀਗੇ, ਉਹ ਸਾਰੇ ਬੱਚਿਆਂ ਦਾ ਬਹੁਤ ਵਧੀਆ ਪੇਪਰ ਹੋਇਆ ਹੈਗਾ। ਔਰ ਮੈਂ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਬੱਚੇ ਨੇ ਜਿਹੜੇ PET+ JEE ਦੇ ਐਗਜ਼ਾਮ ਜਾਂ ਅਦਰ ਤੁਸੀਂ ਜੂਨੀਅਰ ਇੰਜੀਨੀਅਰ ਜਾਂ ਅਸਿਸਟੈਂਟ ਇੰਜੀਨੀਅਰ ਐਗਜ਼ਾਮ ਟਾਰਗੇਟ ਕਰ ਰਹੇ ਹੋ, ਤਾਂ ਉਹਨਾਂ ਵਿੱਚ ਤੁਹਾਡਾ ਜਿਹੜਾ ਸਿਲੈਕਸ਼ਨ ਹੈ ਅਸ਼ੋਰ ਹੋ ਸਕੇ। ਦੇਖੋ ਸਿਲੈਕਸ਼ਨ ਲੈਣ ਲਈ ਤੁਹਾਨੂੰ ਪ੍ਰੋਪਰ ਸਟ੍ਰੈਟੇਜੀ ਬਣਾਉਣੀ ਬਹੁਤ ਜ਼ਰੂਰੀ ਹੈਗੀ ਹੈ, ਜਿੱਦਾਂ ਦੇਖੋ ਜਿਹੜਾ ਸਿਲੇਬਸ ਹੈਗਾ ਉਹਦੀ ਪ੍ਰੋਪਰ ਸਟ੍ਰੈਟੇਜੀ ਹੁੰਦੀ, ਐਗਜ਼ਾਮ ਪੈਟਰਨ ਇੱਕ ਪੂਰਾ ਸਟ੍ਰੈਟੇਜੀ ਨਾਲ ਡਿਸਾਈਡ ਕੀਤਾ ਜਾਂਦਾ ਹੈ। ਸੋ ਜਦ ਤੱਕ ਤੁਸੀਂ ਉਸ ਸਿਲੇਬਸ ਨੂੰ ਉਸ ਐਗਜ਼ਾਮ ਪੈਟਰਨ ਦਾ ਐਨਾਲਿਸਿਸ ਕਰਕੇ ਪ੍ਰੋਪਰ ਸਟ੍ਰੈਟੇਜੀ ਦੀ ਤਿਆਰੀ ਨਹੀਂ ਕਰੋਗੇ, ਫੋਕਸ ਨਹੀਂ ਕਰੋਗੇ, ਬੱਚੋ ਸਿਲੈਕਸ਼ਨ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਸੋ ਅਗਰ ਤੁਹਾਡਾ ਪੇਪਰ ਵਧੀਆ ਨਹੀਂ ਹੋਇਆ, ਤੁਸੀਂ ਡੀਮੋਰਲਾਈਜ਼ ਨਹੀਂ ਹੋਣਾ ਹੈਗਾ, ਅੱਗੇ ਜਿਹੜੇ ਐਗਜ਼ਾਮ ਆਉਣ ਵਾਲੇ ਹੈਗੇ ਨੇ, ਹੁਣ SSC JEE ਦਾ ਐਗਜ਼ਾਮ ਆਉਣ ਵਾਲਾ, RRB JEE ਦਾ ਐਗਜ਼ਾਮ ਆਉਣ ਵਾਲਾ, ਹੋਰ ਵੀ ਇੱਦਾਂ ਜਿਹੜੇ ਸਟੇਟ ਐਗਜ਼ਾਮ ਆਉਣ ਵਾਲੇ ਨੇ, ਉਹਨਾਂ ਨੂੰ ਫੋਕਸ ਕਰਕੇ ਅੱਜ ਤੁਸੀਂ ਆਪਣੀ ਤਿਆਰੀ ਜਿਹੀ ਹੈ ਉਹ ਕਰਨੀ ਸ਼ੁਰੂ ਕਰ ਦਿਓ। ਬਾਕੀ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈ, ਕੁਐਰੀ ਹੈ, ਇਸ ਵੀਡੀਓ ਦੇ ਕਮੈਂਟ ਸੈਕਸ਼ਨ ਜਾ ਕੇ ਤੁਸੀਂ ਕਲੀਅਰ ਕਰ ਸਕਦੇ ਹੈਗੇ ਹੋ। ਨਾਲ ਦੇ ਨਾਲ ਫਾਰਮ ਭਰਨਾ ਬਿਲਕੁਲ ਨਾ ਭੁੱਲਣਾ, ਜਿੰਨੇ ਬੱਚੇ ਜਿਹੜੇ ਜ਼ਿਆਦਾ ਫਾਰਮ ਭਰਨਗੇ ਉਨਾ ਹੀ ਐਗਜੈਕਟ ਐਨਾਲਿਸਿਸ ਤੁਹਾਨੂੰ ਮੈਂ ਦੇ ਪਾਊਂਗਾ ਕਿ ਤੁਹਾਡਾ ਜਿਹੜਾ ਸਿਲੈਕਸ਼ਨ ਹੈਗਾ ਔਰ ਤੁਹਾਡੀ ਜਿਹੜੀ ਕੱਟ ਆਫ ਹੈ, ਜਿਹੜੀ ਲਾਸਟ ਕੱਟ ਆਫ, ਉਹ ਕਿੰਨੀ ਰਹਿਣ ਵਾਲੀ ਹੈਗੀ ਹੈ। ਸੋ ਜੁੜੇ ਰਹਾਂਗੇ ਨਵੀਂ ਵੀਡੀਓ ਨਾਲ ਵੀ, ਨਵੀਂ ਜਾਣਕਾਰੀ ਨਾਲ ਆਉਂਦਾ ਰਹਾਂਗਾ। ਥੈਂਕ ਯੂ ਵੈਰੀ ਮਚ।